ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮੌਸਮ ਦੇ ਵਿੱਚ ਜਿਹੜਾ ਬਦਲਾਵ ਹੁੰਦਾ ਨਜ਼ਰ ਆ ਰਿਹਾ, ਤਾਂ ਡੇਂਗੂ ਦਾ ਜਿਹੜਾ ਵਾਇਰਲ ਆ ਉਹ ਵੀ ਫੈਲਦਾ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਸਿਵਲ ਹੋਸਪਿਟਲ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਪੂਰੀ ਸਤਰਕਤਾ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਵਰਤੀ ਜਾ ਰਹੀ ਹੈ, ਅਤੇ ਦੂਸਰੇ ਪਾਸੇ ਡੇਂਗੂ ਦੇ ਜਿਹੜੇ ਵਾਰਡ ਹੈ ਉਹ ਵੀ ਜਿਹੜੇ ਸਥਾਪਿਤ ਇੱਥੇ ਕਰ ਦਿੱਤੇ ਗਏ ਨੇ। ਸਾਡੇ ਨਾਲ SMO ਪਠਾਨਕੋਟ ਸੁਨੀਲ ਚਾਂਦੋਰੀ ਮੌਜੂਦ ਨੇ, ਸਾਰੀ ਗੱਲਬਾਤ ਕਰ ਲਵਾਂਗੇ, ਪੁੱਛ ਲਵਾਂਗੇ ਕਿ ਇਸ ਵਾਰੀ ਡੇਂਗੂ ਦੀ ਕੀ ਪੋਜੀਸ਼ਨ ਹੈ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ। ਸਰ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸਰ ਲਗਾਤਾਰ ਮੌਸਮ 'ਚ ਬਦਲਾਵ ਹੋ ਰਿਹਾ, ਡੇਂਗੂ ਦੀ ਕੀ ਪੋਜੀਸ਼ਨ ਹੈ ਇਸ ਲਈ, ਕਿੰਨੇ ਕੁ ਮਰੀਜ਼ ਜਿਹੜੇ ਹਸਪਤਾਲ ਦੇ ਵਿੱਚ ਆ ਚੁੱਕੇ ਨੇ ਜਾਂ ਕਿੰਨੇ ਠੀਕ ਹੋ ਕੇ ਜਾ ਚੁੱਕੇ ਨੇ? ਜਿਵੇਂ ਜਿਵੇਂ ਟੈਂਪਰੇਚਰ ਡਾਊਨ ਆਉਂਦਾ ਹੈਗਾ, ਜਿਵੇਂ ਵੀ ਆਪਾਂ ਦੇਖ ਰਹੇ ਹਾਂ ਕਿ ਆਪਣੇ ਜ਼ਿਲ੍ਹੇ 'ਚ ਟੈਂਪਰੇਚਰ ਹੌਲੀ ਹੌਲੀ ਡਾਊਨ ਜਾ ਰਿਹਾ ਹੈਗਾ ਹੈ, ਇਹਦੇ ਵਿੱਚ ਡੇਂਗੂ ਜਿਹੜਾ ਹੈਗਾ ਇਹਦੇ 'ਚ ਟ੍ਰਾਂਸਮਿਸ਼ਨ ਡੇਂਗੇ ਦੀ ਘੱਟ ਜਾਂਦੀ ਹੈਗੀ ਹੈ। ਕਰੰਟ ਪੋਜੀਸ਼ਨ ਇਹ ਹੈਗੀ ਕਿ ਸਾਡੇ ਕੋਲ ਡੈਂਗੀ ਦੇ 2 ਪੇਸ਼ੈਂਟ ਐਡਮਿਟਿਡ ਹੈਗੇ ਆ ਸਾਡੇ ਡੈਂਗੀ ਵਾਰਡ ਵਿੱਚ, ਅਤੇ ਜਿਨ੍ਹਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਹੈਗੀ ਹੈ ਅਤੇ ਆਊਟ ਆਫ ਡੇਂਜਰ ਹੈਗੇ ਆ, ਅਤੇ ਆਸ਼ਾ ਕਰਦੇ ਹਾਂ ਕਿ ਉਹ ਅਗਲੇ 1 ਜਾਂ 2 ਦਿਨ ਵਿੱਚ ਡਿਸਚਾਰਜ ਲੈ ਕੇ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਣ। ਅਜਿਹਾ ਕੋਈ ਕੇਸ ਤਾਂ ਨਹੀਂ ਆਇਆ ਜਿਹਦੇ ਨਾਲ ਕਿ ਕੋਈ ਡੈਥ ਕੇਸ ਇਹੋ ਜਿਹਾ ਹੋਇਆ ਹੋਏ ਡੇਂਗੂ ਦੇ ਵਿੱਚ, ਕਿਉਂਕਿ ਪਿਛਲੇ ਸਾਲ ਵੀ ਕਾਫੀ ਜਿਹੜੇ ਕੇਸ ਦੇਖਣ ਨੂੰ ਅਜਿਹੇ ਮਿਲੇ ਸੀਗੇ? ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜਾ ਡੈਂਗੀ ਦਾ ਪ੍ਰਕੋਪ ਆਪਣੇ ਜ਼ਿਲ੍ਹੇ ਵਿੱਚ ਘੱਟ ਰਿਹਾ ਹੈਗਾ, ਅਤੇ ਹਜੇ ਤੱਕ ਸਿਵਲ ਹੋਸਪਿਟਲ ਵਿੱਚ ਕਿਸੇ ਵੀ ਡੈਂਗੀ ਪੇਸ਼ੈਂਟ ਨਾਲ ਡੈਂਗੀ ਨਾਲ ਕਿਸੇ ਦੀ ਵੀ ਡੈਥ ਨਹੀਂ ਹੋਈ ਹੈਗੀ। ਕੋਈ ਹੋਟ ਪਲੇਸ ਬਣਾਇਆ ਗਿਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿੱਥੇ ਕਿ ਲਾਰਵਾ ਸਭ ਤੋਂ ਜ਼ਿਆਦਾ ਪਾਇਆ ਜਾਂਦਾ, ਜਿਵੇਂ ਲਮੀਨ ਦੇ ਵਿੱਚ ਅਕਸਰ ਦੇਖਿਆ ਜਾਂਦਾ ਸੀਗਾ, ਉੱਥੇ ਕੂੜਾ ਕਰਕਟ ਦੇ ਵਿੱਚ ਜਾਂ ਸਾਫ਼ ਜਗ੍ਹਾ ਦੇ ਵਿੱਚ ਕਈ ਜਗ੍ਹਾ 'ਤੇ ਜਿਹੜਾ ਲਾਰਵਾ ਪਾਇਆ ਜਾਂਦਾ ਸੀਗਾ, ਅਤੇ ਇਸ ਵਾਰੀ ਕੀ ਹੈ ਪਠਾਨਕੋਟ ਦੇ ਵਿੱਚ? ਇਸ ਵਾਰ ਡੈਂਗੀ ਦਾ ਜਿਹੜਾ ਹੋਟਸਪੋਟ ਹੈਗਾ ਆਪਣੇ ਜ਼ਿਲ੍ਹੇ ਵਿੱਚ ਕੋਈ ਵੀ ਨਹੀਂ ਹੈਗਾ, ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਕੰਡੀਸ਼ਨ ਜਿਹੜੀ ਹੈਗੀ ਹੈ ਬਿਲਕੁਲ ਠੀਕ ਹੈਗੀ ਹੈ। ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਕਿਸੇ ਨੂੰ ਡੈਂਗੀ ਦੇ ਲੱਛਣ ਮਹਿਸੂਸ ਹੁੰਦੇ, ਚਾਹੇ ਬੁਖਾਰ ਆਉਂਦਾ ਹੈਗਾ ਹੈ, ਚਾਹੇ ਜੋੜਾਂ 'ਚ ਦਰਦ ਹੁੰਦੀ ਹੈ ਜਾਂ ਅੱਖਾਂ ਦੇ ਪਿੱਛੇ ਦਰਦ ਹੁੰਦੀ ਹੈਗੀ ਹੈ, ਅਤੇ ਸਿਵਲ ਹੋਸਪਿਟਲ ਵਿੱਚ ਆ ਕੇ ਆਪਣੇ ਟੈਸਟ ਬਿਲਕੁਲ ਫ੍ਰੀ ਕਰਾ ਸਕਦਾ ਹੈਗਾ। ਹਰ ਵਰਕਿੰਗ ਡੇ ਵਿੱਚ 37 ਨੰਬਰ ਕਮਰੇ 'ਚ ਡਾਕਟਰ ਮੋਨਿਕਾ ਦੀ ਅਧਿਕਸ਼ਤਾ ਵਿੱਚ ਇਹ ਟੈਸਟ ਜਿਹੜਾ ਹੈਗਾ ਹੈ ਡੇਲੀ ਹੁੰਦਾ, ਵਰਕਿੰਗ ਡੇ ਨੂੰ ਹੁੰਦਾ ਹੈਗਾ, ਅਤੇ ਟੈਸਟ ਬਿਲਕੁਲ ਫ੍ਰੀ ਹੈਗਾ। ਅਤੇ ਜੇ ਖੁਦਾ ਨਾ ਖਾਸਤਾ ਟੈਸਟ ਫ੍ਰੀ ਪੋਜ਼ੀਟਿਵ ਆ ਜਾਂਦਾ ਹੈਗਾ, ਅਤੇ ਇਹਦੀ ਜਿਹੜੀ ਟ੍ਰੀਟਮੈਂਟ ਹੈਗੀ ਹੈ ਜਾਂ ਅਦਰ ਇਨਵੈਸਟੀਗੇਸ਼ਨਸ ਹੈਗੇ ਆ ਜਾਂ ਪੇਸ਼ੈਂਟ ਦਾਖਲ ਹੁੰਦਾ ਹੈਗਾ, ਅਤੇ ਇਹਦਾ ਟੋਟਲੀ ਜਿਹੜਾ ਹੈਗਾ ਹੈ ਬਿਲਕੁਲ ਫ੍ਰੀ ਹੈਗਾ ਹੈ। ਇਸ ਤੋਂ ਇਲਾਵਾ ਮੈਂ ਇਸ ਗੱਲ 'ਤੇ ਵੀ ਜ਼ੋਰ ਪਾਉਣਾ ਚਾਹਾਂਗਾ ਕਿ ਜਿਹੜਾ ਸਾਡਾ ਬਲੱਡ ਸੈਂਟਰ ਹੈਗਾ ਹੈ, ਇਹਦੇ ਵਿੱਚ SDP RDP ਦੋਨੇ ਚੀਜ਼ਾਂ ਅਵੇਲੇਬਲ ਹੈਗੀਆਂ, ਅਤੇ ਜੋ ਵੀ ਡਾਕਟਰ ਸਾਹਿਬ ਸਾਡੇ ਪ੍ਰਸਕ੍ਰਾਈਬ ਪੇਸ਼ੈਂਟ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਕਰਦੇ ਹੈਗੇ ਆ, ਅਤੇ ਦੋਨੇ ਹੀ ਚੀਜ਼ਾਂ ਅਵੇਲੇਬਲ ਹੈਗੀਆਂ, ਅਤੇ ਪੇਸ਼ੈਂਟ ਉਸ ਚੀਜ਼ ਦਾ ਫਾਇਦਾ ਵੀ ਉਠਾ ਸਕਦਾ ਹੈਗਾ। ਸਰ ਕਿੰਨੇ ਬੈੱਡ ਜਿਹੜੇ ਸਥਾਪਿਤ ਪੇਸ਼ੈਂਟਸ ਵਾਸਤੇ ਸਪੈਸ਼ਲੀ ਡੇਂਗੂ ਵਾਰਡ 'ਚ ਜਿਹੜੇ ਕੀਤੇ ਗਏ? ਇਹਦੇ ਵਿੱਚ ਅਸੀਂ 25 ਤੋਂ 30 ਬੈੱਡ ਜਿਹੜੇ ਹੈਗੇ ਆ ਆਇਡੈਂਟੀਫਾਈ ਕੀਤੇ ਹੈਗੇ ਆ। ਜੇ ਪੇਸ਼ੈਂਟ ਜ਼ਿਆਦਾ ਆਉਂਦੇ ਹੈਗੇ ਤਾਂ ਅਸੀਂ ਉਹ ਵਾਲਾ ਵਾਰਡ ਖੋਲ੍ਹ ਦੇਵਾਂਗੇ। ਸਾਡੀ ਜਿਹੜੀ ਹੈਗੀ ਹੈ ਤਿਆਰੀ ਬਿਲਕੁਲ ਮੁਕੰਮਲ ਹੈਗੀ ਹੈ, ਅਤੇ ਮੈਂ ਲੋਕਾਂ ਅੱਗੇ ਅਪੀਲ ਕਰਨਾ ਚਾਹਾਂਗੇ ਕਿਸੇ ਵੀ ਕਿਸਮ ਦਾ ਪੈਨਿਕ ਜਨਰੇਟ ਕਰਨ ਦੀ ਲੋੜ ਨਹੀਂ ਹੈਗੀ ਹੈ, ਅਤੇ ਸਭ ਚੀਜ਼ਾਂ ਅੰਡਰ ਕੰਟਰੋਲ ਹੈਗੀਆਂ। ਸਿਹਤ ਵਿਭਾਗ ਵੱਲੋਂ ਸਰ ਕੋਈ ਟੀਮਾਂ ਵੀ ਬਣਾਈਆਂ ਗਈਆਂ ਨੇ ਜਿਹੜੀਆਂ ਮੁਹੱਲੇ ਮੁਹੱਲੇ ਜਗ੍ਹਾ ਜਗ੍ਹਾ ਜਾ ਕੇ ਜਿਹੜੀ ਆ ਉਸ ਚੀਜ਼ ਨੂੰ ਚੈਕਿੰਗ ਕਰ ਰਹੀਆਂ ਨੇ ਕਿਤੇ ਲਾਰਵਾ ਪਾਇਆ ਜਾਂਦਾ ਉਸ ਚੀਜ਼? ਮਾਨਯੋਗ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਦੀ ਅਗਵਾਈ ਹੇਠ ਜਿਹੜੀ ਸਾਡੀਆਂ ਸਪਰੇ ਦੀਆਂ ਟੀਮਾਂ ਹੈਗੀਆਂ ਪੂਰੇ ਜ਼ਿਲ੍ਹੇ ਵਿੱਚ ਸਪਰੇ ਕਰ ਰਹੀਆਂ ਹੈਗੀਆਂ। ਇਸ ਤੋਂ ਇਲਾਵਾ ਜਿਹੜਾ ਡੈਂਗੀ ਲਾਰਵਾ ਜੇ ਕਿਤੇ ਪਾਇਆ ਜਾਂਦਾ ਹੈਗਾ ਅਤੇ ਡੈਂਗੀ ਲਾਰਵਾ ਨੂੰ ਨਸ਼ਟ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਮੈਂ ਜਿਹੜੀ ਜਨਰਲ ਜਿਹੜੀ ਆਪਾਂ ਪ੍ਰੀਕੋਸ਼ਨਸ ਲੈਣੀਆਂ ਹੈਗੀਆਂ ਉਹਦੇ ਵਿੱਚ ਇਹ ਹੈਗਾ ਕਿ ਆਪਣੇ ਘਰਾਂ ਵਿੱਚ ਪਾਣੀ ਜਿਹੜਾ ਹੈਗਾ ਉਹ ਇਕੱਠਾ ਨਹੀਂ ਹੋਣ ਦੇਣਾ ਹੈਗਾ ਹੈ। ਜੇ ਕਿਤੇ ਪਾਣੀ ਇਕੱਠਾ ਹੁੰਦਾ ਹੈਗਾ ਤਾਂ ਉਹਨੂੰ ਪੂਰ ਦਿੱਤਾ ਜਾਏ, ਜੇ ਉਹਦੇ 'ਚ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਸਾਡੇ ਮਹਿਕਮੇ ਨਾਲ ਕੰਟਰੈਕਟ ਕਰ ਸਕਦਾ ਹੈਗਾ। ਇਸ ਤੋਂ ਇਲਾਵਾ ਫੁੱਲ ਸਲੀਵਸ ਦੇ ਕੱਪੜੇ ਪਾਏ ਜਾਣ, ਮਸਕੀਟੋ ਨੈੱਟ ਜਿਹਨੂੰ ਕਿ ਪੰਜਾਬੀ ਵਿੱਚ ਮੱਛਰਦਾਨੀ ਵੀ ਕਿਹਾ ਜਾਂਦਾ ਹੈਗਾ, ਇਹ ਯੂਜ਼ ਕਰਨ, ਅਤੇ ਜਿਹੜੇ ਮਸਕੀਟੋ ਰਿਪੇਲੈਂਟ ਜਿਹੜੇ ਅਵੇਲੇਬਲ ਹੈਗੇ ਮਾਰਕੀਟ ਵਿੱਚ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ। ਜੇਕਰ ਇਹਨਾਂ ਲੱਛਣਾਂ ਦੀ ਗੱਲ ਕੀਤੀ ਜਾਵੇ, ਕਿਵੇਂ ਡੇਂਗੂ ਦਾ ਪਤਾ ਲੱਗਦਾ ਕਿ ਸਾਨੂੰ ਡੇਂਗੂ ਦੇ ਨਾਲ ਜਿਹੜੀ ਸੰਬੰਧਿਤ ਜਿਹੜੀ ਹੈ ਡਿਜ਼ੀਜ਼ ਜਿਹੜੀ ਆ ਹੋ ਰਹੀ ਹੈ? ਇਹਦੇ ਵਿੱਚ ਬੁਖਾਰ ਦੇ ਲੱਛਣ ਆਉਂਦੇ ਹੈਗੇ ਆ, ਅੱਖਾਂ ਦੇ ਵਿੱਚ ਦਰਦ ਹੁੰਦੀ ਹੈਗੀ, ਰਿਟ੍ਰੋਵਲਵਰ ਪੇਨ ਹੁੰਦੀ ਹੈਗੀ ਹੈ, ਜੋੜਾਂ 'ਚ ਦਰਦ ਹੁੰਦੀ ਹੈਗੀ ਹੈ, ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈਗੀ ਹੈ, ਜੇ ਇਸ ਤਰ੍ਹਾਂ ਦੇ ਲੱਛਣ ਆਉਂਦੇ ਹੈਗੇ ਆ ਅਤੇ ਸਾਡੇ ਚਾਹੇ 24 ਘੰਟੇ 'ਚ ਕਿਸੇ ਵੀ ਵੇਲੇ ਆਉਣ, ਸਾਡੀ ਐਮਰਜੈਂਸੀ ਜਿਹੜੀ ਹੈਗੀ 24 ਘੰਟੇ ਖੁੱਲ੍ਹੀ ਹੈ, ਅਦਰਵਾਈਜ਼ OPD ਵਿੱਚ ਆ ਕੇ ਆਪਣਾ ਇਲਾਜ ਅਤੇ ਟੈਸਟ ਆਪਣਾ ਮਰੀਜ਼ ਕਰਵਾ ਸਕਦਾ ਹੈਗਾ।
ਤਾਂ ਬਿਲਕੁਲ ਇਸ ਹਨ ਸਾਡੇ ਨਾਲ ਐਸ ਐਮ ਓ ਪਠਾਨਕੋਟ ਸੁਨੀਲ ਚੰਦੋਰੀ, ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ। ਸਿਵਲ ਹੋਸਪਿਟਲ ਦੇ ਵਿੱਚ ਕੀ ਪ੍ਰਬੰਧ ਨੇ ਡੇਂਗੂ ਪੇਸ਼ੈਂਟਸ ਨੂੰ ਲੈ ਕੇ ਉਹ ਵੀ ਦੱਸਿਆ, ਅਤੇ ਉਹਨਾਂ ਨੇ ਇੱਕ ਸਾਫ਼ ਤੌਰ 'ਤੇ ਕਿਹਾ ਕਿ ਜਿਹੜੇ ਟੈਸਟ ਵੀ ਜਿਹੜੇ ਆ ਇੱਥੇ ਹਰ ਤਰ੍ਹਾਂ ਜਿਹੜੇ ਉਪਲਬਧ ਆ। ਦੂਸਰੇ ਪਾਸੇ ਬਲੱਡ ਸੈਂਟਰ ਦੇ ਵਿੱਚ ਜਿਹੜਾ ਆ ਐਸ ਡੀ ਪੀ ਹੋਵੇ ਚਾਹੇ ਆਰ ਡੀ ਪੀ ਹੋਵੇ, ਉਹ ਵੀ ਜਿਹੜੀ ਆ ਡੇਂਗੂ ਪੇਸ਼ੈਂਟਸ ਲਈ ਜਿਹੜੀ ਆ ਉਪਲਬਧ ਹੈ। ਇਸ ਨਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੈਨੂੰ ਦੋ ਇਜਾਜ਼ਤ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।